ਜ਼ਿਰਕਪੁਰ ਦੇ ਹਸਪਤਾਲ ਦੇ ਵਿੱਚ ਗਰਭਵਤੀ ਮਹਿਲਾ ਡਾਕਟਰ ਦੇ ਨਾਲ ਹੋਈ ਖਿੱਚਤੋਪ। ਚੋਰੀ ਦੀ ਨੀਅਤ ਨਾਲ ਹਸਪਤਾਲ 'ਚ ਦਾਖਲ ਹੋਏ ਦੋ ਅਣਪਛਾਤੇ। ਇੰਜੈਕਸ਼ਨ ਰੂਮ ਦੇ ਵਿੱਚ ਸਰਿੰਜਾਂ ਚੋਰੀ ਕਰਨ ਦੀ ਕੀਤੀ ਕੋਸ਼ਿਸ਼। ਵਿਰੋਧ ਕਰਨ ਤੇ ਮਹਿਲਾ ਡਾਕਟਰ ਨੂੰ ਦਿੱਤਾ ਧੱਕਾ। ਹਸਪਤਾਲ ਦੀ ਸਿਕਿਉਰਿਟੀ ਨੂੰ ਲੈ ਕੇ ਖੜੇ ਹੋਏ ਸਵਾਲ। ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ 8 ਵਜੇ ਤੋਂ ਲੈ ਕੇ 11 ਵਜੇ ਤੱਕ, ਜਿਹੜੇ ਕਿ ਓਪੀਡੀ ਸੇਵਾਵਾਂ ਨੂੰ ਬੰਦ ਕੀਤਾ ਗਿਆ ਸੀ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ। ਤਾਂ ਉੱਥੇ ਹੀ ਦੂਜੇ ਪਾਸੇ ਜ਼ਿਰਕਪੁਰ ਦੇ ਟਕੋਲੇ ਹਸਪਤਾਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਗਰਭਵਤੀ ਮਹਿਲਾ ਡਾਕਟਰ ਦੇ ਨਾਲ ਖਿੱਚਤੂ ਕੀਤੀ ਗਈ। ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਿਵੇਂ ਹੀ ਉਹ ਚੋਰੀ ਦੀ ਨੀਅਤ ਦੇ ਨਾਲ ਟਕੋਲੀ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ, ਇੰਜੈਕਸ਼ਨ ਰੂਮ ਦੇ ਵਿੱਚ ਸਰਿੰਜਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮਹਿਲਾ ਡਾਕਟਰ ਵੱਲੋਂ ਪੁੱਛਣ ਤੇ ਅਤੇ ਵਿਰੋਧ ਕਰਨ ਤੇ ਮਹਿਲਾ ਡਾਕਟਰ ਨੂੰ ਧੱਕਾ ਦੇ ਕੇ ਅਣਪਛਾਤੇ ਵਿਅਕਤੀ ਰਫੂ ਚੱਕਰ ਹੋ ਜਾਂਦੇ ਨੇ। ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਜ਼ਿਰਕਪੁਰ ਦੇ ਟਕੋਲੀ ਹਸਪਤਾਲ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਹਸਪਤਾਲ ਦੇ ਸਿਕਿਉਰਿਟੀ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਅਤੇ ਮਹਿਲਾ ਡਾਕਟਰ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਪ੍ਰਭਜੋਤ ਦਾ ਫੋਨ ਆਇਆ ਅਤੇ ਇਹਨਾਂ ਨੇ ਮੈਨੂੰ ਇੰਸੀਡੈਂਟਸ ਬਾਰੇ ਦੱਸਿਆ। ਮੈਂ ਨਾਲ ਦੀ ਨਾਲ ਉਹਦੀ 15-20 ਮਿੰਟਾਂ ਦੇ ਵਿੱਚ ਮੈਂ ਪਹੁੰਚ ਗਿਆ ਅਤੇ ਉਸ ਤੋਂ ਬਾਅਦ ਅਸੀਂ ਇੱਕ ਇੰਸਟੀਟਿਊਸ਼ਨਲ FIR ਦਰਜ ਕਰਾਤੀ SMO ਦੇ ਵਿਹਾਗ 'ਤੇ ਅਤੇ ਉਹਦੀ ਕਾਰਵਾਈ ਚੱਲ ਰਹੀ ਆ। ਪੁਲਿਸ ਨੇ FIR ਦਰਜ ਕਰ ਲਈ ਹੈ ਅਤੇ ਬੰਦੀ ਕਾਰਵਾਈ ਪੁਲਿਸ ਨੇ ਸਾਨੂੰ ਵਿਸ਼ਵਾਸ ਦਿੱਤਾ ਕਿ ਕੱਲ੍ਹ ਤੱਕ ਅਸੀਂ ਬੰਦੇ ਦੇ ਅਸੀਂ ਉਹਨੂੰ ਕਰ ਲਾਂਗੇ। ਚੜ੍ਹਦੀ ਕਲਾ ਟਾਈਮ TV ਲਈ ਜ਼ਿਰਕਪੁਰ ਤੋਂ ਪੱਤਰਕਾਰ ਸੁਖਵਿੰਦਰ ਸੈਣੀ ਦੀ ਖਾਸ ਰਿਪੋਰਟ।